ਆ ਸਿੰਕਰੋ ਸ਼ਟਲ ਆ ਜੀ ਇੱਥੋਂ ਹੀ ਬੈਕ ਇੱਥੋਂ ਹੀ ਫਾਰਵਰਡ ਹੋ ਜਾਣਾ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਵੀਰੋ ਅੱਜ ਜਿਹੜਾ ਤੁਹਾਨੂੰ ਟਰੈਕਟਰ ਦਿਖਾਉਣਾ 65 HP ਦਾ, ਵੀਰੋ ਕਾਫੀ ਸਾਰੇ ਵੀਰ ਕਮੈਂਟ ਕਰ ਰਹੇ ਸੀ ਕਿ 65-59 ਦੀ ਵੀਡੀਓ ਲੈ ਕੇ ਆਓ। ਤੇ ਵੀਰੋ ਸਾਰੇ ਫੀਚਰ ਇਹਦੀ ਕੀਮਤ ਵਗੈਰਾ ਸਾਰਾ ਕੁਝ ਦੱਸਾਂਗੇ ਜੀ। ਤੇ ਵੀਰੋ ਪਹਿਲਾਂ ਆਪਾਂ ਜੋ ਹੈ ਇਹਦੇ ਇੰਜਨ ਦਿਖਾਉਣਾ ਮੈਂ ਤੁਹਾਨੂੰ। ਵੀਰੋ ਫਰੰਟ ਤੋਂ ਹੀ ਜਿਹੜੀ ਸ਼ੋਅ ਖੁੱਲਦੀ ਹੈ ਇਹ ਬੜੀ ਵਧੀਆ। ਵੀਰੋ ਇੰਜਨ ਦੀ ਜੇ ਗੱਲ ਕਰੀਏ ਤਾਂ 4000 CC ਦਾ ਵੀਰੋ ਇਹਦੇ 'ਚ ਆਪਣਾ ਇੰਜਨ ਆ ਜੀ। ਅਤੇ ਡਰਾਈ ਟਾਈਪ ਬੜਾ ਏਅਰ ਕਲੀਨਰ ਹੈ ਜੀ। ਅਤੇ ਵੀਰੋ ਜ਼ਿਆਦਾਤਰ ਟਰੈਕਟਰਾਂ ਨੂੰ ਹੁਣ ਡਰਾਈ ਟਾਈਪ ਏਅਰ ਕਲੀਨਰ ਆਉਣ ਲੱਗ ਗਏ। ਇਹਦੇ ਬਾਰੇ 'ਚ ਵੀਰੋ ਕਿਵੇਂ ਇਹਦੀ ਸਾਂਭ ਸੰਭਾਲ ਕਿਵੇਂ ਪਤਾ ਲੱਗਦਾ ਵੀ ਚੋਕ ਆ ਜਾਂ ਨਹੀਂ ਚੋਕ ਜਾਂ ਕੀ ਕੰਡੀਸ਼ਨ ਹੈ, ਇਹਦੇ ਬਾਰੇ ਵੀ ਆਪਾਂ ਇੱਕ ਵੀਡੀਓ ਪਾਵਾਂਗੇ ਛੇਤੀ ਉਹ। ਅਤੇ ਵੀਰੋ 4087 CC ਦਾ ਜੋ ਹੈ ਇੰਜਨ ਹੈ ਜੀ। ਪਾਵਰ ਸਟੇਅਰਿੰਗ ਦਾ ਓਇਲ ਜੋ ਹੈ ਜੀ ਸਾਰੀਆਂ ਕੰਪਨੀਆਂ ਨੇ ਹੁਣ ਅਲੱਗ ਕੱਢਤਾ, ਕਿਉਂਕਿ ਸਰਵਿਸਿੰਗ ਵਗੈਰਾ ਦਾ ਸਖਾਲਾ ਰਹਿੰਦਾ। ਵੀਰੋ ਇਹਦੀ ਕੀਮਤ ਵਗੈਰਾ ਦੀ ਵੀ ਗੱਲ ਕਰਾਂਗੇ ਆਪਾਂ। ਅਤੇ ਵੀਰੋ ਇਹ ਜਿਹੜਾ ਗੇਅਰ ਬਾਕਸ ਹੈ ਇਹਨੂੰ ਇਹ ਕਰਾਰੋ ਦਾ ਵਾਲਾ ਟਰਾਂਸਮਿਸ਼ਨ ਆ ਜੀ। ਇਹ 12 ਫਾਰਵਰਡ 12 ਰਿਵਰਸ ਆ ਜੀ ਗੇਅਰ ਬਾਕਸ ਆ ਜਿਹੜਾ। ਅਤੇ ਜੋ ਵਧੀਆ ਸਪੀਡਾਂ ਨੇ ਅਤੇ ਜਿਹੜਾ ਸਿੰਕਰੋ ਸ਼ਟਲ ਟੈਕਨੋਲੋਜੀ ਵੀਰੋ ਇਹਦੇ ਵਿੱਚ ਇੱਥੇ ਦੇਤੀ ਸਾਈਡ 'ਤੇ, ਇੱਥੋਂ ਹੀ ਰਿਵਰਸ ਫਾਰਵਰਡ ਹੋ ਜਾਣਾ। ਅਤੇ ਆਹ ਵਾਲੇ ਜਿਹੜੇ ਗੇਅਰ ਨੇ ਵੀਰੋ ABC ਆਹ ਹੋ ਗਏ ਜੀ, ਅਤੇ 4 ਗੇਅਰ ਆਹ ਹੋ ਗਏ ਜੀ, ਮਤਲਬ 12 ਗੇਅਰ ਹੋ ਗਏ। ਅਤੇ ਆਹ ਹੋ ਗਿਆ ਜੀ ਸਿੰਕਰੋ ਸ਼ਟਲ, ਅਤੇ 12 ਸਪੀਡਾਂ ਅੱਗੇ ਦੀਆਂ 12 ਹੀ ਪਿੱਛੇ ਦੀਆਂ ਜੀ ਉਸੇ ਗੇਅਰ ਦੇ ਵਿੱਚ। ਅਤੇ ਵੀਰੋ ਇਹ ਜਿਹੜਾ ਹੈਗਾ ਸਿੰਕਰੋ ਮੈਕਸ ਗੇਅਰ ਬਾਕਸ ਆ, ਜੋ ਕਿ ਸਭ ਤੋਂ ਵਧੀਆ ਤਕਨੀਕ ਆ ਹਜੇ ਤੱਕ ਦੀ ਗੇਅਰ ਬਾਕਸ ਹੈ ਟਰੈਕਟਰ ਇੰਡਸਟਰੀ 'ਚ। ਅਤੇ ਕੁਛ ਵੀਰੋ ਉੱਪਰ ਬੈਠ ਕੇ ਜਿਵੇਂ ਜਿਹੜਾ ਓਪਰੇਸ਼ਨ ਏਰੀਆ ਕੁਛ ਜੋਨ ਡੀਅਰ ਵਰਗੀ ਫੀਲਿੰਗ ਆ ਰਹੀ ਹੈ ਜੀ। ਵੀਰੋ ਫਲੈਟ ਪਲੇਟਫਾਰਮ ਆ, ਹਲਕਾ ਜਿਹਾ ਬੰਪ ਆ, ਪੂਰਾ ਫਲੈਟ ਤਾਂ ਹੈ ਨਹੀਂ। ਬਾਕੀ ਵੀਰੋ ਖੁੱਲ੍ਹਾ ਡੁੱਲਾ ਟਰੈਕਟਰ ਵਧੀਆ ਬਣਾਇਆ ਹੋਇਆ, ਪਲੈਂਟਰੀ ਡਰਾਈਵ ਆ ਜੀ ਪਿੱਛੋਂ। ਅਤੇ ਵੀਰੋ ਜਿਹੜੇ PTO ਦੇ ਚੱਕਰ ਨੇ ਉਹ 2 ਤਰ੍ਹਾਂ ਦੇ ਚੱਕਰ ਨੇ ਜੀ, ਚਾਹੇ ਤਾਂ 540 ਜਾਂ 1000 ਚੱਕਰਾਂ 'ਤੇ ਇਹਨੂੰ ਐਡਜਸਟ ਕਰ ਸਕਦੇ ਹਾਂ ਆਪਾਂ ਬੜੀ ਆਸਾਨੀ ਦੇ ਨਾਲ। ਅਤੇ ਵੀਰੋ ਪਲੈਨੇਟਰੀ ਡਰਾਈਵ ਜਿਹੜਾ ਹੈ ਹਿੱਸਾ ਇਹਦਾ ਪਿਛਲਾ, ਅਤੇ ਵੱਡੇ ਟਰੈਕਟਰਾਂ 'ਚ ਹੁਣ ਸਾਰਿਆਂ 'ਚ ਇਹੀ ਆਉਣ ਲੱਗ ਗਿਆ ਜੀ। ਅਤੇ ਓਪ ਕੰਪਨੀ ਫਿਟਡ ਓਬਜ਼ਰੀ ਵਾਲ ਆ ਜੀ। ਅਤੇ ਵੀਰੋ ਟਾਇਰ ਸਾਈਜ਼ ਦੀ ਜੇ ਗੱਲ ਕਰੀਏ ਤਾਂ 16-28 ਦੇ ਪਿਛਲੇ ਟਾਇਰ ਨੇ ਜੀ, ਅਤੇ ਇਹਨਾਂ ਨੇ ਸਪੈਸ਼ਲ BKT ਦੇ ਟਾਇਰ ਕਹਿ ਕੇ ਲਏ ਸੀ ਇਹ। ਅਤੇ ਵੀਰੋ ਬਹੁਤ ਸਾਰੇ ਵੀਰ ਕਹਿੰਦੇ ਹੁੰਦੇ ਨੇ ਵੀ ਕੀਮਤ ਦੱਸਿਆ ਕਰੋ। ਵੀਰੋ ਕੀਮਤ ਅਲੱਗ ਅਲੱਗ ਜੋ ਘੱਟ ਵੱਧ ਹੋ ਸਕਦੀ ਹੈ ਸਮੇਂ ਦੇ ਹਿਸਾਬ ਨਾਲ ਜਾਂ ਜਿਵੇਂ ਵੀ ਜਾਂ। ਅਤੇ ਜਿਹੜਾ ਇਹ ਟਰੈਕਟਰ ਵੀਰੋ 7,10,000 ਰੁਪਏ ਦੇ ਵਿੱਚ ਇਹ ਟਰੈਕਟਰ ਪਿਆ ਸੀ ਔਨ ਰੋਡ ਜੀ। ਅਤੇ ਵੀਰੋ ਹੁਣ ਮੈਂ ਇਹਨੂੰ ਚਲਾ ਕੇ ਦੇਖਦਾ ਟਰੈਕਟਰ ਨੂੰ। ਆਹ ਸਿੰਕਰੋ ਸ਼ਟਲ ਆ ਜੀ, ਇੱਥੋਂ ਹੀ ਬੈਕ ਇੱਥੋਂ ਹੀ ਫਾਰਵਰਡ ਹੋ ਜਾਣਾ। ਅਤੇ ਵੀਰੋ ਇੱਥੇ ਵਾਲੇ ਸਿੰਕਰੋ ਸ਼ਟਲ ਨਾਲੋਂ ਮੈਨੂੰ ਕਾਫੀ ਵਧੀਆ ਲੱਗਿਆ, ਕਿਉਂਕਿ ਲੀਵਰ ਲੰਬਾਈ 'ਚ ਆ ਅਤੇ ਕਿਤੇ ਨਾ ਕਿਤੇ ਇਹਦੀ ਮਜ਼ਬੂਤੀ ਵੀ ਵੱਧ ਆ ਜੀ। ਵੀਰੋ ਜਿਹੜੇ ਹਿਸਾਬ ਦਾ ਟਰੈਕਟਰ ਦਾ ਤੋਰਾ, ਜਿੰਨੇ ਵੀ ਇਹਦੇ ਬੀ ਵਾਲੇ ਗੇਅਰ ਨੇ ਵੀਰੋ, ਇਹ ਸਾਰੇ ਹੀ ਗੇਅਰ ਜਿਹੜਾ ਬਹਾਈ ਵਾਸਤੇ ਆਪਣੇ ਖੇਤ ਦੇ ਵਿੱਚ ਕੰਮ ਕਰਨਗੇ। ਅਤੇ ਵੀਰੋ ਜਿਹੜਾ ਆਹ ਪਹਿਲਾ ਲੋ ਮਤਲਬ ਏ ਦਾ ਪਹਿਲਾ ਕਹਿ ਦਿੰਦੇ ਵੀਰੋ, ਅਤੇ ਇਹ ਸਾਰੇ ਹੀ ਗੇਅਰ ਨੇ ਜੀ ਜਿਹੜੇ ਇਹ ਸੁਪਰ ਸੀਡਰ ਸਪੈਸ਼ਲ ਗੇਅਰ ਨੇ ਜੀ, ਕੋਈ ਦਿੱਕਤ ਨਹੀਂ ਆਉਣੀ, ਸੁਪਰ ਸੀਡਰ ਐਨ ਵਧੀਆ ਚਲਾਊਗਾ। ਅਤੇ ਵੀਰੋ ਟਰੈਕਟਰ 'ਤੇ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਅਤੇ ਵੀਰੋ ਇਹਦੇ ਪਰਫੋਰਮੈਂਸ ਦੇ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਬਣਾਈਏ। ਅਤੇ ਮੈਂ ਆਇਆ ਹੋਇਆ ਸੀ ਪੰਜਾਬ 'ਤੇ, ਬਸ ਮੀਂਹ ਪੈ ਗਿਆ, ਨਹੀਂ ਤਾਂ ਇਹਦੀ ਪਰਫੋਰਮੈਂਸ ਦੇ ਵੀਡੀਓ ਵੀ ਆਪਾਂ ਤੁਹਾਨੂੰ ਹੁਣੇ ਦਿਖਾ ਦੇਣੇ ਸੀ। ਅਤੇ ਵੀਰੋ ਵੀਡੀਓ